सारे प्यार भरी सत श्री अकाल। उम्मीद करते हैं जी तुसी ठीक ठाक होवोगे ते असी सारे ठीक ठाक हाँ। ते अज स्पेशल डे साडे राजदीप सिंह दा बर्थडे आ, ते वैसे अज असी मिठी चीज बनानी है। ते गर्मी वैसे बहुत आ, सानू इदां सीगा वी कल मौसम वधिया सीगा वी उदां दा ही होऊगा, ते अज बहुत गर्मी आ, पर साडा पहला ही प्लानिंग बनाई हुई सीगी वी खीर पूड़े बनाने ने, जिहदे लई हरदीप ने आटा वगैरा घोल के रखता सी, सॉरी गुड़ घोल के रखता सीगा, ते हुण आटा घोलांगे। हरदीप नीचे खीर बना रही है क्योंकि अज असी सवेर दे बिजी सीगे, उधर मेरे ब्रदर होना दी क्यों जी दी सारी एरिया तुहानू पता ही है घग्गर एरिया दी मार इन्नी ज्यादा पै गई, इस करके सवेरे सर्जरे दे आए हुए सीगे पनीरी लैण, ते फिलहाल उन्हां दी रात दी स्टे वी इत्थे ही आ, पनीरी उन्हां नूं मिल गई वधिया, ते हुण पट्टण गए हुए ने सवेरे रोटी रूटी बनाई उन्हां लई, उन्हां दे मैंबर काफी आए हुए सीगे, पूरा नानका मेला आया होया सी अज सवेरे सवेरे, ते हुण ओह होर पिंड तों किसे तों पनीरी पट्टण गए ने, ते उन्हां दा लांगर वी नीचे दाल सब्जी बना रहे आ, ते सवेरे रोटी सारा कुछ असीं बणाता सी, ते हुण कहिंदा नहीं वी असीं आपे बणावांगे ਵੀ ਅਸੀਂ ਚੌਲ ਜ਼ਿਆਦਾ ਖਾਂਦੇ ਹਾਂ ਤੇ ਚੌਲ ਬਣਾ ਲਾਂਗੇ, ਕਹਿੰਦੇ ਜੇ ਰੋਟੀਆਂ ਪਈਆਂ ਨੇ ਤਾਂ ਅਸੀਂ ਉਹ ਵੀ ਖਾ ਸਕਦੇ ਹਾਂ। ਮੈਂ ਕਿਹਾ ਕੋਈ ਗੱਲ ਨਹੀਂ, ਜਿਹਨੇ ਰੋਟੀ ਖਾਣੀ ਅਸੀਂ ਤੁਹਾਨੂੰ ਰੋਟੀ ਬਣਾ ਕੇ ਦੇ ਦਾਂਗੇ, ਤੇ ਹੁਣ ਉਹ ਆਪਣਾ ਦਾਲ ਵਗੈਰਾ ਬਣਾ ਕੇ ਚੌਲ ਬਣਾਉਣ ਲੱਗਿਆ ਹੋਇਆ। ਅਸੀਂ ਸੋਚਿਆ ਅਸੀਂ ਵੀ ਆਪਣੀ ਤਿਆਰੀ ਕਰ ਲਈਏ ਕਿਉਂਕਿ ਮਾਮਾ ਵੀ ਆਇਆ ਹੈ, ਰਾਜਦੀਪ ਹੋਣਾ ਦਾ ਮਾਮੇ ਦਾ ਬੇਟਾ ਵੀ ਆਇਆ ਹੈ, ਦੋ ਮੈਂਬਰ ਹੋਰ ਆਏ ਸੀ, ਤੇ ਉਹ ਜਿੱਥੇ ਪਨੀਰੀ ਪੱਟੀ ਪਈ ਸੀ ਹੋਰ ਰਿਸ਼ਤੇਦਾਰੀ 'ਚ, ਉੱਥੋਂ ਪਨੀਰੀ ਲੈ ਕੇ ਵਾਪਸ ਚਲੇ ਗਏ। ਤੇ ਬਾਕੀ ਹੁਣ ਇਹਨਾਂ ਦਾ ਕੱਲ੍ਹ ਤੱਕ ਦਾ ਟਾਈਮ ਹੈਗਾ, ਸਵੇਰੇ ਵੀ ਇੱਥੇ ਆਉਣਗੇ ਤੇ ਕੱਲ੍ਹ ਸ਼ਾਇਦ ਸ਼ਾਮ ਤੱਕ ਜਾਣਗੇ। ਚਲੋ ਵਾਹਿਗੁਰੂ ਕਿਰਪਾ ਕਰੇ ਅੱਗੇ ਸੁੱਖ ਸ਼ਾਂਤੀ ਰੱਖੇ, ਤੇ ਹੁਣ ਤਾਂ ਜੋ ਨੁਕਸਾਨ ਹੋ ਗਿਆ ਉਹਨੂੰ ਆਪਾਂ ਭਰ ਨਹੀਂ ਸਕਦੇ, ਪਰ ਜਿਹੜੇ ਇੰਨੇ ਜੀ ਚਲੇ ਗਏ, ਇੰਨਾ ਪਸ਼ੂ ਡੰਗਰ ਮਾਲ ਚਲਾ ਗਿਆ, ਵੀਡੀਓ ਦੇਖ ਕੇ ਇੰਨਾ ਜ਼ਿਆਦਾ ਦੁੱਖ ਹੁੰਦਾ, ਇੰਨਾ ਜ਼ਿਆਦਾ ਰੋਣਾ ਹੁੰਦਾ, ਕਈ ਵਾਰੀ ਸਵੇਰੇ ਫੇਸਬੁੱਕ ਖੋਲੀ ਦੀ ਆਵੇ ਤੇ ਡੰਗਰ ਮਰੇ ਪਏ ਹੁੰਦੇ ਨੇ, ਕਈ ਬਜ਼ੁਰਗਾਂ ਦੀਆਂ ਲਾਸ਼ਾਂ ਬੱਚਿਆਂ ਦੀਆਂ, ਬੜਾ ਜਾਣੀ ਕਿ ਦੁਖਦਾਈ ਪੂਰਾ ਕਹਿਰ ਇਸ ਟਾਈਮ ਤੇ ਆਪਾਂ ਕਹਿ ਸਕਦੇ ਹਾਂ ਵੀ ਦੁਨੀਆਂ ਦੇ ਉੱਪਰ ਆ। ਤੇ ਚਲੋ ਜੀ, ਬਾਕੀ ਤਾਂ ਵਾਹਿਗੁਰੂ ਦੀ ਕਿਰਪਾ, ਜੋ ਹੋਣਾ ਉਹ ਹੋ ਕੇ ਹਟਦਾ, ਪਰ ਅੱਗੇ ਤੋਂ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ। ਤੇ ਹੁਣ ਆਪਾਂ ਆਪਣਾ ਕੰਮ ਕਰਦੇ ਹਾਂ, ਗਰਮੀ ਬਹੁਤ ਜ਼ਿਆਦਾ, ਮੇਰੇ ਆਪਣੇ ਪੂੜੇ ਪੱਕ ਜਾਂਦੇ ਨੇ ਅੱਜ। ਤੇ ਪਹਿਲਾਂ ਵੀ ਆਪਾਂ ਨੇ ਜਿਹੜੀ ਸ਼ੱਕਰ ਰੱਖੀ ਹੋਈ ਸੀਗੀ ਪਾਣੀ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਪੁਣ ਲੈਂਦੇ ਹਾਂ, ਕਿਉਂਕਿ ਕਈ ਵਾਰੀ ਕੋਈ ਡੱਕਾ ਵਗੈਰਾ ਹੁੰਦਾ ਵਿੱਚ। ਤੇ ਜੀ ਆਪਾਂ ਨੇ ਲਿਆ ਹਰਦੀਪ ਦਾ ਆਟਾ, ਤੇ ਵੈਸੇ ਇਹਦੇ ਮਾਲ ਪੂੜੇ ਤਾਂ ਬਣਦੇ ਨਹੀਂ ਹੈਗੇ ਅੱਜ, ਕਿਉਂਕਿ ਦੂਜੇ ਪੂੜੇ ਬਣਾਉਣੇ ਨੇ, ਤੇ ਕੋਸ਼ਿਸ਼ ਕਰਾਂਗੇ ਜੇ ਬਣ ਜਾਣ। ਇਹ ਜਿਹੜਾ ਆਟਾ ਬਹੁਤ ਜ਼ਿਆਦਾ ਪਾਣੀ ਪੀਂਦਾ ਕਿਉਂਕਿ ਦਾਣਾ ਨੇ ਚੌਲ ਮੱਕੀ, ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ, ਕੋਈ ਇਹਦੇ 'ਚ ਗੱਠ ਨਹੀਂ ਚਾਹੀਦੇ। ਕਈ ਵਾਰੀ ਬੜੇ ਵਧੀਆ ਬਣ ਜਾਂਦੇ ਨੇ, ਕਈ ਵਾਰੀ ਜਿਹੜੇ ਪੂਰੇ ਐਕਸਪਰਟ ਹੁੰਦੇ ਨੇ ਉਹਨਾਂ ਤੋਂ ਵੀ ਖਰਾਬ ਹੋ ਜਾਂਦੇ ਨੇ। ਆਪਾਂ ਨੂੰ ਫਿਲਹਾਲ ਥੋੜ੍ਹਾ ਕੈੜਾ ਹੀ ਰੱਖਾਂਗੇ ਕਿਉਂਕਿ ਇਹ ਚਾਹੀਦਾ ਉਦੋਂ ਪਤਲਾ, ਕਿਉਂਕਿ ਇਹਦੇ ਔਖੇ ਬਣਦੇ ਨੇ ਨਾ, ਅਤੇ ਇਹਨੂੰ ਥੋੜ੍ਹਾ ਕੈੜਾ ਰੱਖਾਂਗੇ। ਹੁਣ ਆਪਾਂ ਕਰ ਲੈਂਦੇ ਹਾਂ ਮੇਨ ਸਾਰੇ ਮੈਂਬਰਾਂ ਵਾਲਾ ਕਣਕ ਦਾ ਆਟਾ, ਅਤੇ ਇਹਦੇ ਵਿੱਚ ਪਾਉਂਦੇ ਹਾਂ ਆਪਾਂ ਪਹਿਲਾਂ ਸਾਰਾ ਮਿੱਠੇ ਵਾਲਾ ਪਾਣੀ, ਅਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਗੋਰਿਆਂ ਦੇ ਪੈਨ ਕੇਕ ਆਪਣੇ ਕੋਲ, ਅਤੇ ਆਪਾਂ ਨੇ ਜੀ ਘੋਲ ਲਿਆ ਇਹ ਚੰਗੀ ਤਰ੍ਹਾਂ, ਮਿੱਠਾ ਮੈਨੂੰ ਫੁੱਲ ਤੇਜ਼ ਲੱਗਦਾ ਤਾਂ ਇਹਦੇ ਤੋਂ, ਹਾਂਜੀ ਮਿੱਠੇ ਵਧੀਆ ਲੱਗਣਗੇ ਸਰ ਹੈ ਨਾ। ਤੇ ਹੁਣ ਆਪਾਂ ਚੱਲਾਂਗੇ ਨੀਚੇ, ਤੇ ਨੀਚੇ ਜਾ ਕੇ ਬਣਾਵਾਂਗੇ, ਤੇ ਉਹਨਾਂ ਦਾ ਰਸੋਈਆ ਵੀ ਚੌਲ ਬਣਾਉਣ ਲੱਗਾ ਹੈ, ਰਾਜਦੀਪ ਦਿਖਾ ਕੇ ਆਇਆ, ਉਹਨੇ ਆਪਣਾ ਬੜਾ ਸੋਹਣਾ ਸੈਟਅਪ ਕੀਤਾ ਹੋਇਆ ਕਿਉਂਕਿ ਉਹ ਫਿੱਕੇ ਚੌਲਾਂ ਬਾਲ ਕੇ ਜ਼ਿਆਦਾ ਪਸੰਦ ਕਰਦੇ ਨੇ, ਅਤੇ ਅਸੀਂ ਆਪਾਂ ਤੜਕੇ ਤੁੜਕੇ ਵਾਲੇ ਜ਼ਿਆਦਾ ਖਾਂਦੇ ਹਾਂ, ਵੈਸੇ ਉਹ ਵਧੀਆ ਹੁੰਦੇ ਨੇ, ਉਹਨਾਂ ਦੇ ਬਣਾਏ ਹੋਏ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਖਿਲੇ ਖਿਲੇ ਜੇ, ਅਤੇ ਉਹ ਕਹਿੰਦੇ ਅਸੀਂ ਆਪੇ ਬਣਾਵਾਂਗੇ, ਅਤੇ ਅਸੀਂ ਕਿਹਾ ਬਣਾ ਲਓ ਚਲੋ। ਪੂੜੇ ਪਕਾਉਣੇ ਜੀ ਆਪਾਂ ਨੇ ਸ਼ੁਰੂ ਕਰਤੇ, ਕਾਫੀ ਸਾਰੇ ਪੂੜੇ ਪੱਕ ਗਏ, ਰਾਜਦੀਪ ਆਪਣੀ ਮਰਜ਼ੀ ਨਾਲ ਵੀਡੀਓ ਬਣਾਉਣਾ ਜਦੋਂ ਇਹਦਾ ਦਿਲ ਕਰਦਾ, ਵੈਸੇ ਕੋਈ ਇਹਦੇ ਕੋਲੋਂ ਕੈਮਰੇ ਵੀ ਠੀਕ ਕਰਾਉਣ ਆ ਗਏ ਸੀ ਸਾਡੇ ਗੁਆਂਢੀ, ਅਤੇ ਹੁਣ ਆਪਾਂ ਪੂੜੇ ਬਣਾਉਣ ਲੱਗੇ ਹੋਏ ਹਾਂ। ਪੂੜੇ ਹੁੰਦੇ ਨੇ ਕਿ ਖਤਰਨਾਕ ਚੀਜ਼ ਹੈ ਨਾ, ਅਤੇ ਕਈ ਵਾਰੀ ਬੜੇ ਵਧੀਆ ਬਣ ਜਾਂਦੇ ਨੇ, ਕਈ ਵਾਰੀ ਦੁਖੀ ਬਹੁਤ ਕਰਦੇ ਨੇ, ਤੁਹਾਡੇ ਤਵੇ ਅਤੇ ਇਹਦੇ ਆਟੇ ਦੇ ਫੁੱਲ ਡਿਪੈਂਡ ਕਰਦਾ। ਲਓ ਜੀ ਬਣ ਗਿਆ ਪੂੜਾ, ਮਨੀ ਪੂੜਾ ਕਹਿੰਦਾ ਹੁੰਦਾ, ਪੂੜਾ ਉਹ ਪੂੜਾ ਕਹਿੰਦਾ ਹੁੰਦਾ, ਨਹੀਂ ਵੈਸੇ ਵਧੀਆ ਬਣ ਗਏ ਨੇ ਨਾ, ਦੇਖ ਰਹੇ ਜੀ। ਹਾਂਜੀ ਵਧੀਆ ਹੀ ਨੇ ਨਾ, ਵੈਸੇ ਕਿੰਨੇ ਸੋਹਣੇ ਨੇ, ਖਾਓ ਭਾਈ ਜੀ ਨੇ ਖਾਣੇ ਨੇ ਪੂੜੇ, ਖੀਰ ਵੀ ਠੰਡੇ ਹੋ ਗਏ, ਪਤਾ ਨਹੀਂ ਮਾਮੇ ਹੁਣੇ ਖਾਣਗੇ ਕਿ ਨਹੀਂ, ਮਾਮੇ ਨੇ ਚਾਰ ਉਹ ਖਾਂਦੇ ਬਸ, ਜਮੇ ਨਹੀਂ ਖਾਂਦਾ ਇਹ ਜਿਹੀਆਂ ਚੀਜ਼ਾਂ। ਤੇ ਪੂੜੇ ਬਣ ਗਏ ਜੀ ਆਪਣੇ, ਤੇ ਆਪਾਂ ਹੁਣ ਚੱਲਦੇ ਅੰਦਰ, ਹਨੇਰਾ ਹੋ ਚੱਲਿਆ, ਤੇ ਬਾਕੀ ਫਿਰ ਅਜੇ ਗਏ ਹੋਏ ਨੇ ਬਾਹਰ ਖੇਤਾਂ ਦੇ ਵਿੱਚ, ਮਨਰਾਜ ਗਿਆ ਹੋਇਆ ਜਿਮ ਲਾਉਣ, ਤੇ ਫਿਰ ਆਉਂਦੇ ਨੇ, ਤੇ ਫਿਰ ਆਪਾਂ ਖਾਂਦੇ ਹਾਂ,
ਤੇ ਪਤਾ ਨਹੀਂ ਹੁਣ ਕਿੱਦਾਂ ਦੇ ਬਣੇ ਨੇ, ਖਾ ਕੇ ਦੱਸਣਗੇ ਸਾਰੇ ਜਣੇ। ਰਾਜਦੀਪ ਹੋ ਗਿਆ ਅਜੇ 15 ਸਾਲਾਂ ਦਾ, ਇਹਨੂੰ ਲੱਗ ਗਿਆ 16 ਸਾਲ ਕੰਮ ਕੋਈ ਨੀ ਕਰਦਾ ਵੈਸੇ, ਬਿਲਕੁਲ ਵਿਹਲਾ ਸਾਰਾ ਦਿਨ ਖਾਣ ਤੇ। ਸੇਠ ਜੀ ਕੇਕ ਦੇ ਉੱਤੇ ਲਿਖਾਤਾ ਸੇਠ ਜੀ, ਆ ਦੇਖ ਲਾ ਲੈ ਸੇਠ ਜੀ ਲਿਖਤਾ ਉਹਨੇ। ਗੱਲ ਸੁਣ, ਨਹੀਂ ਸੇਠ ਆ, ਇਹ ਦੁੱਧ ਲੈਣ ਵੀ ਨੀ ਜਾਂਦਾ ਨਾ, ਕੋਈ ਕੰਮ ਨੀ ਕਰਦਾ, ਮੋਟਰ ਤੇ ਚਾਹ ਦੇਣ ਵੀ ਨੀ ਜਾਂਦਾ ਹੈਗਾ, ਕੱਟਣ ਦੇ ਕਰਤਾ ਪਹਿਲਾਂ ਦੀ ਰੱਜ ਕੇ ਦਰਸ਼ਨ ਮੈਨੂੰ ਕਹੀ ਜਾਵੇ ਫੁੱਫੜ ਜੀ ਮੈਂ ਗੁੱਡੀ ਕੋਲ ਜਾਣਾ, ਮੈਂ ਕੋਈ ਗੁੱਡੀ ਕੋਲ ਨੀ ਜਾਣਾ ਹੈਗਾ, ਤੈਂ ਉਰੀ ਰਹਿਣਾ ਹੈਗਾ। ਆਪਾਂ ਨੂੰ ਵੀ ਰੱਖ ਲੋ ਖੜਾ ਜੀ ਨਾ ਮਰਜ਼ੀ ਤੋਂ ਕੰਮ ਨੂੰ ਨਾ ਕਰੋ। ਕੈਨੇਡਾ ਚ ਇਹਦਾ ਡੈਡੀ ਆ, ਇਹ ਕਿਉਂ ਕੰਮ ਕਰੇ ਕਿ ਨਹੀਂ ਸਾਡੀ ਸੋਚ ਦੇ ਪੁੱਤ। ਲੈ ਪੁੱਤ ਜੇ ਤੈਨੂੰ ਤਾਂ ਖੜਾ ਉਹਨਾਂ ਉਨਾ ਹੀ ਮਿੱਠਾ ਰਿਹਾ, ਤੈਨੂੰ ਪਤਾ ਕੌਣ ਲੈ ਕੇ ਆਇਆ ਸੀਗਾ, ਅਸੀਂ ਪਲੇਟ ਨੂੰ ਜਾਂ ਚੀਜ਼ ਨੂੰ ਹੱਥ ਨਹੀਂ ਲਾਉਂਦਾ, ਮੈਂ ਔਰ ਮਾਮਾ ਤੇਰਾ ਨਾ ਇਹਦਾ ਮਾਮਾ। ਸਹੀ ਗੱਲ ਆ, ਪਾਪੇ ਨੂੰ ਪਿਆਰ ਮੁਹੱਬਤ ਇਹ ਤਾਂ ਇੰਨਾ ਸੀਗਾ ਜਿੱਦਣ ਮੈਂ ਇਹਨੂੰ ਦਰਾਹੀ ਲੈ ਕੇ ਆਇਆ, ਇੰਨਾ ਮੈਨੂੰ ਤਾਂ ਇਹ ਲੱਗਦਾ ਵੀ ਕੇਕ ਵੀ ਬੜੀ ਮੰਮੀ ਨੇ ਬਣਾਇਆ,
ਬਹੁਤ ਪਿਆਰੇ ਬੱਚੇ ਤੇ ਆ ਗਿਆ ਬਹੁਤ ਜਾ ਕੇ ਧਰੀ ਨਾ ਆ ਗੱਲ ਲੈ ਕੇ ਉਹਦੀ ਜਗ੍ਹਾ ਤੇ ₹200 ਮੋੜੀ ਲੈ ਆਇਆ ਤਾਂ ਮੰਮੀ ₹450 ਦਾ ਮੈਂ ਕਿਹਾ ਵੀ ਡਾਲ ਦਾ ਤੱਕ ₹400 ਦਾ ਕਦੋਂ ਹੋ ਗਿਆ ₹150 ਦਾ ਬਾਰਾ ਵਿਚਾਰਾ ਫੇਰ ਗਿਆ ਜੀ ਆ ਕੇ ਦੇਸੀ ਕਿਉਂ ਹੋਊਗਾ ਉਹਦਾ ਅੱਛਾ ਫਿਰ ਅੱਜ ਕੀ ਬਣਾਇਆ ਖਾਣ ਨੂੰ ਹੋ ਗਿਆ ਪੇਟ ਘਰੋੜੀ ਦਾ ਮਰੀ ਸਾਰਿਆਂ ਤੋਂ ਜਿਖਾ ਲਓ ਜੀ ਅੱਜ ਅਸੀਂ ਹਰਦੀਪ ਦੇ ਆਟੇ ਦੇ ਵੀ ਪੂੜੇ ਬਣਾਏ ਨੇ ਪਰ ਬੜੇ ਬਹੁਤ ਮੁਸ਼ਕਲ ਨੇ ਔਖੇ ਸੀਗੇ ਬਹੁਤ ਜ਼ਿਆਦਾ ਆਟਾ ਇਹ ਹੋਰ ਹੀ ਕਿਵੇਂ ਦਾ ਹੁੰਦਾ ਕਿਉਂਕਿ ਦਾਲਾਂ ਵਗੈਰਾ ਹੁੰਦੀਆਂ ਨੇ ਉੱਠਦਾ ਤਵੇ ਤੋਂ ਬਹੁਤ ਔਖਾ ਕੂੜਾ ਵੈਸੇ ਹੀ ਤਵੇ ਨਾਲ ਚਿਪਕ ਜਾਂਦਾ ਮੈਂ ਪਹਿਲੀ ਵਾਰੀ ਖਾਧਾ ਕਿੱਦਾਂ ਲੱਗਿਆ ਬਈ ਸਵਾਦ ਆ ਫਿਰ ਮੈਨੂੰ ਤਰਸ ਆ ਗਿਆ ਮੈਂ ਕਿਹਾ ਮੇਰੀ ਭੈਣ ਛੋਟੀ ਹਮੇਸ਼ਾ ਹੀ ਰਹਿ ਜਾਂਦੀ ਹੈ ਵਿਚਾਰੀ ਖਾਣ ਤੋਂ ਹਾਂ ਕਿਉਂਕਿ ਬਣਾਈ ਨਹੀਂ ਕਦੇ ਆਪਾਂ ਨੇ ਪਹਿਲਾਂ ਮਾਲ ਪੂੜੇ ਬਣਾਉਣ ਲੱਗੇ ਸੀ ਉਹਦੇ ਵਿੱਚੋਂ ਹੀ ਖਿੰਡ ਗਏ ਸੀਗੇ ਪਰ ਬਣ ਗਏ ਵਧੀਆ ਬਣ ਗਏ ਅੱਜ ਹਾਂਜੀ ਭੈਣ ਜੀ ਤੁਹਾਨੂੰ ਕਿਵੇਂ ਲੱਗੇ ਸਵਾਦ ਨੇ ਚਲੋ ਭਾਈ ਸਾਰਿਆਂ ਨੂੰ ਸਵਾਦ ਲੱਗੇ ਬਾਕੀ ਪਤਾ ਨਹੀਂ ਹੁਣ ਇਹਨਾਂ ਦੇ ਮਨ 'ਚ ਕੀ ਆ ਕੋਈ ਕਹਿੰਦਾ ਪੁੱਠੀਆਂ ਚੀਜ਼ਾਂ ਨਾਲ ਖਾ ਕੇ ਪੂੜਾ ਬੜਾ ਸਵਾਦ ਲੱਗਦਾ ਅਤੇ ਲਓ ਜੀ ਅੱਜ ਮਿੱਠਾ ਹੀ ਮਿੱਠਾ ਚੱਲ ਰਿਹਾ ਪਹਿਲਾਂ ਕੇਕ ਖਾਧਾ ਅਤੇ ਹੁਣ ਖੀਰ ਪੂੜੇ ਹੁਣ ਪੁੱਛਦੇ ਹਾਂ ਮੈਂ ਕੋਈ ਇਹਨਾਂ ਨੂੰ ਗੱਲ ਕਹੀ ਸੀ ਇਹ ਕਹਿੰਦੇ ਵੀ ਜੇ ਨਾ ਸਵਾਦ ਲੱਗੀ ਹੈ ਨਾ ਹੁਣ ਸ਼ਿੰਦੂ ਦੱਸੂਗਾ ਸ਼ਿੰਦੂ ਕਿਵੇਂ ਲੱਗਿਆ ਬਈ ਵਧੀਆ ਲੱਗਦੇ ਨੇ ਨਾ ਅਚਾਰ ਨਾਲ ਬਹੁਤ ਟੇਸਟੀ ਲੱਗਦੇ ਨੇ ਵੀਰ ਜੀ ਤੁਹਾਡੇ ਤਾਂ ਵੈਸੇ ਫੇਵਰਟ ਨੇ ਪੂੜੇ ਮੈਕ ਬਣਾ ਕੇ ਦਿੰਦੇ ਹੁੰਦੇ ਆ ਲਾਲ ਮਿਰਚਾਂ ਨਾਲ ਨਹੀਂ ਖਾਦੇ ਸੀਗੇ ਜੀ ਉਹਨਾਂ ਨਾਲ ਉਦੋਂ ਹੀ ਸਵਾਦ ਲੱਗਦੀ ਦੇਖਿਆ ਫਿਰ ਹਾਂਜੀ ਘੈਂਟਾ ਜੀ ਤਰੋ ਆਪਾਂ ਨੂੰ ਕਿਵੇਂ ਲੱਗਿਆ ਲਾਜਵਾਬ ਅਸੀਂ ਤਾਂ ਨਹੀਂ ਰਿਚ ਸੀਗੇ ਹੈਂ ਅਸੀਂ ਤਾਂ ਨਹੀਂ ਰਿਚ ਸੀਗੇ ਨੇਰੇ ਚ ਸੀ ਹੁਣ ਤੱਕ ਇਹਨੇ ਇਹਨਾਂ ਨਾਲ ਮੱਧ ਸਵਾਦ ਲੱਗਦੇ ਮਿਰਚਾਂ ਹਾਂ ਦੇਖਿਆ ਕਿੰਨੇ ਸਵਾਦ ਲੱਗਦੇ ਨੇ ਖੀਰ ਨਾਲ ਮੱਧ ਸਵਾਦ ਲੱਗਦੇ ਹਾਂ ਮੇਰੀ ਗੱਲ ਮੰਨੋ ਨਾ ਮੈਂ ਥੋੜੇ ਦਿਨਾਂ ਬਾਅਦ ਦੋ ਬਣਾ ਕੇ ਖਾ ਲੈਣੀ ਨਹੀਂ ਉਹਦੇ ਨਾਲ ਅਚਾਰ ਉਧਰ ਵੀ ਦੇ ਦੋ ਮੰਮੀ ਨੂੰ ਹੋ ਗਿਆ ਕਿੱਦਾਂ ਦੇ ਲੱਗੇ ਪੋੜੇ ਮਿੱਠੇ ਨੇ ਰਾਜਦੀਪ ਆ ਦੇਖ ਲਾ ਤੇਰਾ ਬਰਥਡੇ ਸੈਲੀਬ੍ਰੇਟ ਹੋ ਰਿਹਾ ਫੌਜੀ ਸਾਹਿਬ ਆਪਣੇ ਤਰੀਕੇ ਨਾਲ ਕਰ ਰਹੇ ਨੇ ਸਾਲਾ ਸਾਹਿਬ ਆਏ ਹੋਏ ਨੇ ਨਾ ਦੋਨੇ ਜਾਣੇ ਬੈਠੇ ਨੇ ਕਿਉਂ ਨਹੀਂ ਸਹੀ ਗੱਲ ਆ ਹਰ ਕਿਸੇ ਦੀ ਆਪੋ ਆਪਣੇ ਵੈਸੇ ਥੱਲੇ ਨੋਟ ਲਿਖਿਆ ਜਾਊਗਾ ਵੀ ਇਹ ਪੀਣੀ ਸਿਹਤ ਲਈ ਹਾਨੀਕਾਰਕ ਹੈ ਜੂਸ ਪੀਂਦੇ ਹੋ